हाँ जी, तुसी भी हुणे 2024 च प्लस टू पास करके हटे हो, तुसी भी बैचलर हुणे कंप्लीट कीती है 2024 ਦੇ ਵਿੱਚ। ਇਹ ਵੀਡੀਓ ਹੈ ਤੁਹਾਡੇ ਲਈ, ਤੁਸੀਂ ਵੀ ਕਰ ਸਕਦੇ ਹੋ ਜਰਮਨ ਦੇ ਵਿੱਚ ਫ੍ਰੀ ਦੇ ਵਿੱਚ ਸਟੱਡੀ, ਫ੍ਰੀ ਦੇ ਵਿੱਚ ਆ ਸਕਦੇ ਹੋ ਜਰਮਨ ਦੇ ਵਿੱਚ ਸਟੱਡੀ ਬੇਸ 'ਤੇ। ਜਿਹੜਾ ਪਹਿਲਾਂ ਮੇਜਰ ਇਸ਼ੂ ਹੁੰਦਾ ਹੈ ਕਿ ਜਿਨ੍ਹਾਂ ਨੇ ਵੀ ਸਟੱਡੀ ਬੇਸ 'ਤੇ ਆਉਣਾ ਜਾਂ ਕਿਸੇ ਨੇ ਪਲੱਸ ਟੂ ਪਾਸ ਕਰਕੇ ਆਉਣਾ, ਉਹਨਾਂ ਨੂੰ ਹੁੰਦਾ ਸੀ ਬਲੋਕ ਅਕਾਊਂਟ ਦਾ ਡਰ। ਪਰ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਡਾਟ ਜਰਮਨ ਦੇ ਰਿਹਾ ਤੁਹਾਨੂੰ ਸਕੋਲਰਸ਼ਿਪ, ਜਿਹਦੇ ਵਿੱਚ ਕੋਈ ਤੁਹਾਨੂੰ ਬਲੋਕ ਅਕਾਊਂਟ ਦੀ ਲੋੜ ਨਹੀਂ ਹੋਏਗੀ। ਉਹ ਸਕੋਲਰਸ਼ਿਪ ਤੁਹਾਨੂੰ ਫ੍ਰੀ ਆਫ ਕੋਸਟ ਮਿਲੇਗੀ, ਤੁਹਾਨੂੰ ਸਾਰਾ ਤੁਹਾਡਾ ਖਰਚਾ ਚੱਕਿਆ ਜਾਏਗਾ। ਕਿੱਦਾਂ ਤੁਸੀਂ ਇਸ ਸਕੋਲਰਸ਼ਿਪ ਨੂੰ ਅਪਲਾਈ ਕਰਨਾ, ਕਿਹੜੀ ਰਿਕੁਆਇਰਮੈਂਟ ਹੈਗੀ ਹੈ, ਕੌਣ ਕਿਹੜੇ ਕਿਹੜੇ ਤੁਹਾਨੂੰ ਡਾਕੂਮੈਂਟ ਚਾਹੀਦੀ ਹੈ, ਕਿੰਨੀ ਤੁਹਾਨੂੰ ਤੁਹਾਡੇ ਨੰਬਰ ਹੋਣੇ ਚਾਹੀਦੇ, ਕਿੰਨੇ ਪਰਸੈਂਟ ਤੁਹਾਡੇ ਨੰਬਰ ਹੋਣੇ ਚਾਹੀਦੇ ਆ, ਸਾਰਾ ਕੁਝ ਦੱਸਾਂਗੇ ਤੁਹਾਨੂੰ ਵੀਡੀਓ ਦੇ ਵਿੱਚ। ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ, ਸਾਰਾ ਕੁਝ ਤੁਹਾਨੂੰ ਇਨਫੋਰਮੇਸ਼ਨ ਮਿਲੇਗੀ ਵੀਡੀਓ ਦੇ ਵਿੱਚ। ਫਿਰ ਤੋਂ ਤੁਹਾਡਾ ਵੈਲਕਮ ਹੈ ਤੁਹਾਡੇ ਆਪਣੇ ਚੈਨਲ ਦੇ ਉੱਤੇ ਮੂਵ ਟੂ ਜਰਮਨੀ ਦੇ ਉੱਤੇ। ਅਸੀਂ ਆਪਣੇ ਚੈਨਲ ਦਾ ਨਾਮ ਚੇਂਜ ਕਰ ਲਿਆ। ਚਲੋ ਗੱਲ ਕਰਦੇ ਹਾਂ ਅਸੀਂ ਸਕੋਲਰਸ਼ਿਪ ਦੀ। ਇਹ ਸਕੋਲਰਸ਼ਿਪ ਹੈਗੀ ਹੈ ਜਰਮਨ ਵੱਲੋਂ, ਡਾਡ ਹੈਲਮੁੱਟ ਸਕੋਲਰਸ਼ਿਪ ਪ੍ਰੋਗਰਾਮ। ਇਹਦੇ ਵਿੱਚ ਤੁਹਾਨੂੰ ਜਿਨ੍ਹਾਂ ਨੇ ਵੀ ਜਿਹੜੇ ਵੀ ਮੇਰੇ ਭੈਣ ਭਰਾ ਜਿਨ੍ਹਾਂ ਨੇ ਪਾਸ ਕੀਤੀ ਆ ਪਲੱਸ ਟੂ ਵਧੀਆ ਨੰਬਰ ਦੇ ਉੱਤੇ, ਜਿਨ੍ਹਾਂ ਨੇ ਬੈਚਲਰ ਪਾਸ ਕੀਤੀ ਆ ਵਧੀਆ ਨੰਬਰ ਦੇ ਉੱਤੇ, ਤੁਹਾਡੇ ਵਧੀਆ ਨੰਬਰ ਤੋਂ 70% ਤੋਂ ਅਬਵ ਨੰਬਰ ਹੋਣੇ ਚਾਹੀਦੇ ਨੇ, ਅਤੇ ਉਹਨਾਂ ਵਾਸਤੇ ਤੁਸੀਂ ਕਰ ਸਕਦੇ ਹੋ ਅਪਲਾਈ। ਤੁਸੀਂ ਵੀ ਹੋ ਸਕਦੇ ਹੋ ਅਲੀਜੀਬਲ 2025 ਵਾਸਤੇ, ਜਿਨ੍ਹਾਂ ਨੇ ਵੀ ਇੱਥੇ ਅਪਲਾਈ ਕਰਨਾ। ਉਹਦੇ ਵਿੱਚ ਤੁਹਾਨੂੰ ਬੈਨੀਫਿਸ਼ੀਅਲ ਜਿਹੜੇ ਮਿਲਣਗੇ, ਤੁਹਾਨੂੰ ਮੈਂ ਪਹਿਲਾਂ ਦੱਸ ਦਿੰਦਾ ਕਿ ਤੁਹਾਡਾ ਜਿਹੜਾ ਟਰੈਵਲ ਖਰਚਾ ਉਹ ਵੀ ਚੱਕਿਆ ਜਾਏਗਾ, ਤੁਹਾਡਾ ਜਿਹੜਾ ਇੱਥੇ ਰਹਿਣ ਦਾ ਖਰਚਾ ਉਹ ਵੀ ਚੱਕਿਆ ਜਾਏਗਾ, ਕੋਈ ਤੁਹਾਡੀ ਯੂਨੀਵਰਸਿਟੀ ਟਿਊਸ਼ਨ ਫੀਸ ਨਹੀਂ ਹੋਏਗੀ, ਉਹ ਵੀ ਪੇ ਕੀਤੀ ਜਾਏਗੀ, ਜਿਹੜਾ ਤੁਹਾਡਾ ਹੈਲਥ ਇੰਸ਼ੋਰੈਂਸ ਹੋਏਗਾ ਉਹ ਵੀ ਪੇ ਕੀਤਾ ਜਾਏਗਾ, ਜਿਹੜਾ ਤੁਹਾਡਾ ਇੱਥੇ ਮਹੀਨੇ ਦੇ ਮਹੀਨੇ ਤੁਹਾਨੂੰ ਰਹਿਣ ਦੇ ਪੈਸੇ ਮਿਲਦੇ ਨੇ ਉਹ ਵੀ ਤੁਹਾਨੂੰ ਦਿੱਤੇ ਜਾਣਗੇ 985 €। ਅਤੇ ਜਿਹੜਾ ਤੁਹਾਡਾ ਬਲੋਕ ਅਕਾਊਂਟ ਹੈ, ਤੁਹਾਨੂੰ ਕੋਈ ਬਲੋਕ ਅਕਾਊਂਟ ਬਣਾਉਣ ਦੀ ਲੋੜ ਨਹੀਂ, ਸਾਰਾ ਕੁਝ ਇਹ ਕਵਰ ਕਰਨਗੇ। ਉਹ ਆਟੋਮੈਟਿਕਲੀ ਜਿਹੜਾ ਹੈਗਾ ਇਸ ਸਕੋਲਰਸ਼ਿਪ ਦੇ ਵਿੱਚ ਤੁਹਾਨੂੰ 85 €, ਤੋਂ ਲੈ ਕੇ 1,20,000 € ਤੱਕ ਤੁਹਾਨੂੰ ਕੰਪਲਸਰੀ ਦਿੱਤਾ ਜਾਂਦਾ। ਇਸ ਵਿੱਚ ਹੋਰ ਇੱਕ ਖੁਸ਼ਖਬਰੀ ਦੀ ਗੱਲ ਹੈਗੀ ਹੈ, ਜਿਨ੍ਹਾਂ ਨੂੰ ਲੈਂਗੁਏਜ ਨਹੀਂ ਆਉਂਦੀ, ਜਿਨ੍ਹਾਂ ਦਾ ਦਿਲ ਦੇ ਵਿੱਚ ਇੱਛਾ ਹੈਗੀ ਹੈ ਕਿ ਮੈਂ ਇੰਗਲਿਸ਼ ਵਿੱਚ ਸਟੱਡੀ ਕਰਨੀ, ਤੁਸੀਂ ਤਾਂ ਵੀ ਅਪਲਾਈ ਕਰ ਸਕਦੇ ਹੋ। ਤੁਸੀਂ ਆਪਣੀ ਸਟੱਡੀ ਸਕੋਲਰਸ਼ਿਪ ਦੇ ਵਿੱਚ ਲੈ ਕੇ ਇੰਗਲਿਸ਼ 'ਚ ਵੀ ਸਟੱਡੀ ਕਰ ਸਕਦੇ ਹੋ, ਨਾ ਕਿ ਸਿਰਫ ਜਰਮਨ ਦੇ ਵਿੱਚ। ਤੁਸੀਂ ਇਹ ਸਕੋਲਰਸ਼ਿਪ ਦੇ ਵਿੱਚ ਇੱਕ ਹੋਰ ਬੈਨੀਫਿਟ ਹੈ, ਜਿਨ੍ਹਾਂ ਨੇ ਲੈਂਗੁਏਜ ਸਿੱਖਣੀ ਹੈਗੀ, ਜਿਨ੍ਹਾਂ ਨੂੰ ਦਿਲ ਕਰਦਾ ਕਿ ਚਲੋ ਠੀਕ ਹੈ ਮੈਂ ਆਪਣੀ ਸਟੱਡੀ ਸਟਾਰਟ ਕੀਤੀ ਆ, ਉਹਨਾਂ ਨੂੰ ਲੈਂਗੁਏਜ ਨਹੀਂ ਆਉਂਦੀ, ਮੈਂ ਲੈਂਗੁਏਜ ਪ੍ਰੋਗਰਾਮ ਵੀ ਕਰ ਲਾਂ, ਜੇ ਤੁਸੀਂ 6 ਮਹੀਨੇ ਲਈ ਲੈਂਗੁਏਜ ਕਲਾਸਿਸ ਲਾਉਣਾ ਚਾਹੁੰਦੇ ਹੋ, ਉਹ ਵੀ ਪੇ ਕਰਨਗੇ ਸਕੋਲਰਸ਼ਿਪ ਵਾਲੇ। ਇਸ ਸਕੋਲਰਸ਼ਿਪ ਦੇ ਵਿੱਚ ਹੋਰ ਬੈਨੀਫਿਟ ਹੈਗਾ, ਜੇ ਜਿਹੜਾ ਬੰਦਾ ਕੋਈ ਮੈਰਿਟ ਹੈਗਾ, ਉਹ ਬੰਦੇ ਨੇ ਆਪਣੀ ਫੈਮਿਲੀ ਨਾਲ ਲੈ ਕੇ ਆਉਣੀ ਹੈ, ਤੁਸੀਂ ਇੱਕ ਉਹਨਾਂ ਨੂੰ ਅਲਾਉਂਸ ਲੈਟਰ ਲਿਖ ਸਕਦੇ ਹੋ, ਜੇ ਉਹ ਤੁਹਾਨੂੰ ਅਲੋ ਕਰਦੇ ਨੇ ਤੁਹਾਡੀ ਫੈਮਿਲੀ ਨੂੰ ਵੀ ਲੈ ਕੇ ਆ ਸਕਦੇ ਹੋ, ਸਿਰਫ ਆਪਣੀ ਵਾਈਫ ਨੂੰ ਅਤੇ ਤੁਹਾਡਾ ਤੁਹਾਡੇ ਬੱਚੇ ਨੂੰ, ਤੁਸੀਂ ਆਪਣੀ ਫੈਮਿਲੀ ਦੇ ਨਾਲ ਮੂਵ ਹੋ ਸਕਦੇ ਹੋ। ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਅਲਾਉਂਸ ਲੈਟਰ ਲਿਖਣਾ ਪਏਗਾ, ਜੇ ਉਹਨਾਂ ਨੂੰ ਇਜਾਜ਼ਤ ਤੁਹਾਨੂੰ ਦੇ ਦਿੰਦੇ ਨੇ, ਤੁਸੀਂ ਆਪਣੀ ਫੈਮਿਲੀ ਦੇ ਨਾਲ ਵੀ ਮੂਵ ਕਰ ਸਕਦੇ ਹੋ, ਸਾਰਾ ਖਰਚਾ ਚੱਕਣਗੇ ਹੈਲਮੁੱਟ ਪ੍ਰੋਗਰਾਮ ਵਾਲੇ, ਸਕੋਲਰਸ਼ਿਪ ਵਾਲੇ। ਚਲੋ ਚੱਲਦੇ ਹਾਂ, ਹੁਣ ਗੱਲ ਕਰਦੇ ਹਾਂ ਆਪਣੇ ਵੀਡੀਓ ਦੇ ਵਿੱਚ ਤੁਸੀਂ ਕਿੱਦਾਂ ਇਹਨੂੰ ਅਪਲਾਈ ਕਰਨਾ, ਕਿਹੜੇ ਕਿਹੜੇ ਇਹਦੇ ਬੈਨੀਫਿਟ ਹੈਗੇ ਆ। ਤੁਹਾਨੂੰ ਬੈਨੀਫਿਟ ਜਿੱਦਾਂ ਕਿ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਦਿੱਤਾ, ਫਿਰ ਤੋਂ ਇਸ ਵਾਰੀ ਮੈਂ ਇੱਥੇ ਮੈਂਸ਼ਨ ਕਰ ਦਾਂਗਾ ਕਿਹੜੇ ਤੁਹਾਨੂੰ ਬੈਨੀਫਿਟ ਮਿਲਣੇ ਨੇ ਇਹਦੇ ਵਿੱਚ, ਅਤੇ ਕਿੱਦਾਂ ਤੁਸੀਂ ਅਪਲਾਈ ਕਰਨਾ। ਅਤੇ ਹੁਣ ਮੇਰੇ ਵਿੱਚ ਵੀ ਇਹਦੇ ਵਿੱਚ ਆਟੋਮੈਟਿਕਲੀ ਸੇਵ ਕੀਤਾ ਹੋਇਆ, ਜਿਹੜਾ ਸਟੱਡੀ ਆ ਫ੍ਰੀ ਆਫ ਕੋਸਟ ਹੈ, ਨੋ ਤੁਹਾਡੀ ਟਿਊਸ਼ਨ ਫੀਸ ਹੈ, ਤੁਹਾਨੂੰ ਬਲੋਕ ਅਕਾਊਂਟ ਦੀ ਲੋੜ ਨਹੀਂ ਹੈਗੀ, 934 € ਤੁਹਾਨੂੰ ਮਿਲਣਗੇ। ਜਿਹੜੇ ਮਾਸਟਰ ਕਰਨ ਜਾਂ ਬੈਚਲਰ ਕਰਨ ਲਈ ਆ ਰਹੇ ਨੇ, ਜਿਹੜੇ PhD ਕਰਨ ਲਈ ਆ ਰਹੇ ਨੇ, ਉਹਨਾਂ ਨੂੰ 112 € ਤੱਕ ਮਿਲਣਗੇ, ਠੀਕ ਹੈ ਜੀ। ਬਾਕੀ ਜਿਹੜੀ ਰਹਿਣ ਦਾ ਪ੍ਰੋਸੈਸ ਹੈਗਾ, ਉਹ ਵੀ ਇਹ ਤੁਹਾਨੂੰ ਇੱਕ ਇੱਥੇ PG ਲੈ ਕੇ ਦੇਣਗੇ, ਜਿੱਥੇ ਸਟੂਡੈਂਟ ਉਹਨੂੰ ਕਹਿੰਦੇ ਜਿਹਨੂੰ ਤੁਸੀਂ ਉੱਥੇ ਰਹਿ ਸਕਦੇ ਹੋ। ਅਤੇ ਇਹਦੇ ਵਿੱਚ ਅਸੀਂ ਗੱਲ ਕਰਾਂਗੇ ਵੀਡੀਓ ਦੇ ਵਿੱਚ ਕੌਣ ਕੌਣ ਅਪਲਾਈ ਕਰ ਸਕਦਾ ਵੀਡੀਓ ਨੂੰ, ਕਿਹੜੀ ਫੀਲਡ 'ਚ ਅਵੇਲੇਬਲ ਹੈਗੇ ਨੇ ਆ ਕੋਰਸ,
ਤੇ ਜਾਂ ਹੋਰ ਰਿਕੁਆਇਰਮੈਂਟ ਕੀ ਹੈਗੀ ਹੈ ਤੇ ਤੁਸੀਂ ਕਿੱਦਾਂ ਅਪਲਾਈ ਕਰ ਸਕਦੇ ਹੋ? ਚਲੋ ਚਲਦੇ ਆ ਮੇਰੀ ਕੰਪਿਊਟਰ ਸਕਰੀਨ ਦੇ ਉੱਤੇ, ਛੇਤੀ ਤੋਂ ਛੇਤੀ ਤੁਹਾਨੂੰ ਦੱਸਦੇ ਆ ਕਿੱਦਾਂ ਤੁਸੀਂ ਅਪਲਾਈ ਕਰ ਸਕਦੇ ਹੋ। ਠੀਕ ਹੈ ਜੀ, ਚਲੋ ਆ ਜਾਓ, ਮਿਲਦੇ ਆ ਤੁਹਾਨੂੰ ਕੰਪਿਊਟਰ। ਤੁਸੀਂ ਆ ਗਏ ਮੇਰੀ ਕੰਪਿਊਟਰ ਸਕਰੀਨ ਦੇ ਉੱਤੇ। ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ, ਤੁਹਾਨੂੰ ਲਾਸਟ ਦੇ ਵਿੱਚ ਟ੍ਰਿਕ ਦੱਸੀ ਜਾਏਗੀ। ਜਦੋਂ ਵੀਡੀਓ ਖਤਮ ਹੋਣ ਲੱਗੇਗੀ ਥੋੜ੍ਹੇ ਚਿਰ ਪਹਿਲਾਂ, ਤੁਹਾਨੂੰ ਇੱਕ ਟ੍ਰਿਕ ਦੱਸੀ ਜਾਏਗੀ ਕਿੱਦਾਂ ਤੁਸੀਂ ਆਪਣੀ ਜਿਹੜੀ ਐਪਲੀਕੇਸ਼ਨ ਨੂੰ ਫੋਰਵਰਡ ਕਰ ਸਕਦੇ ਹੋ, ਜਿਹੜੀ ਤੁਹਾਡੀ ਐਪਲੀਕੇਸ਼ਨ ਜਲਦੀ ਜਲਦੀ ਅਸੈਪਟ ਹੋ ਸਕੇ। ਚਲੋ ਚਲਦੇ ਹਾਂ ਅਸੀਂ ਹੁਣ ਪ੍ਰੋਗਰਾਮ ਦੇ ਉੱਤੇ। ਜਦੋਂ ਤੁਸੀਂ ਗੂਗਲ 'ਤੇ ਆਓਗੇ, ਇੱਥੇ ਤੁਸੀਂ ਲਿਖ ਸਕਦੇ ਹੋ ਡਾਟ ਸਕੋਲਰਸ਼ਿਪ ਦੇ ਸਕਦੇ ਹੋ ਤੁਸੀਂ ਆਟੋਮੈਟਿਕਲੀ, ਕਿੰਨਾ ਕੁਛ ਆ ਗਿਆ ਡਾਟ ਸਕੋਲਰਸ਼ਿਪ, ਡਾਟ ਜਰਮਨੀ ਅਤੇ ਜਾਂ ਡਾਟ ਡੋਟ ਸਕੋਲਰਸ਼ਿਪ, ਤੁਸੀਂ ਇੱਥੇ ਅਪਲਾਈ ਕਰ ਸਕਦੇ ਹੋ। ਤੁਹਾਡੇ ਸਾਹਮਣੇ ਸਾਰਾ ਕੁਝ ਖੁੱਲ੍ਹ ਚੁੱਕਿਆ ਹੈਗਾ, ਤੁਸੀਂ ਦੇਖ ਸਕਦੇ ਹੋ। ਮੈਂ ਤਾਂ ਪਹਿਲਾਂ ਹੀ ਖੋਲ੍ਹ ਕੇ ਰੱਖਿਆ ਹੈਗਾ ਜਿਨ੍ਹਾਂ ਨੇ ਅਪਲਾਈ ਕਰਨਾ ਹੈਗਾ, ਅਤੇ ਤੁਸੀਂ ਪੇਜ ਖੁੱਲ੍ਹਾ ਪਿਆ, ਮੈਂ ਸਕਰੀਨ ਨੂੰ ਵੱਡੀ ਕਰ ਲੈਂਦਾ ਵਾਂ। ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਜਿਹੜੀ ਆ ਇੰਗਲਿਸ਼ ਕਨਵਰਟ ਕਰ ਸਕਦੇ ਹੋ, ਮੈਂ ਇੰਗਲਿਸ਼ ਕਨਵਰਟ ਕੀਤੀ ਡੋਚ ਦੇ ਵਿੱਚ ਵੀ, ਲੈਂਗੁਏਜ ਦੇ ਵਿੱਚ। ਜੇ ਕਿਸੇ ਨੇ ਹੋਰ ਅਪਲਾਈ ਕਰਨੀ ਹੈਗੀ ਕਿਸੇ ਹੋਰ ਕੰਟਰੀ ਤੋਂ, ਉਹ ਉੱਥੋਂ ਵੀ ਅਪਲਾਈ ਕਰ ਸਕਦਾ, ਜਿਹੜੀ ਮਰਜ਼ੀ ਕੰਟਰੀ ਤੋਂ ਬਹਿ ਕੇ ਅਪਲਾਈ ਕਰ ਸਕਦੇ ਹੋ ਤੁਸੀਂ, ਤੁਹਾਡੇ ਲਈ ਕੋਈ ਦਿੱਕਤ ਨਹੀਂ ਹੈਗੀ। ਠੀਕ ਹੈ ਜੀ, ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੱਖਰੇ ਵੱਖਰੇ ਪ੍ਰੋਗਰਾਮ ਹੈਗੇ ਆ, ਐਨੂਅਲ ਸਕੋਲਰਸ਼ਿਪ ਫੋਰ ਸਟੱਡੀ ਸਟੇ ਅਬਰੋਡ, ਇਹਦੇ ਵਿੱਚ ਤੁਸੀਂ ਡੈਸਟੀਨੇਸ਼ਨ ਕੰਟਰੀ, ਪਹਿਲਾਂ ਪ੍ਰੋਗਰਾਮ ਤੁਸੀਂ ਦੇਖਣਾ, ਤੁਸੀਂ ਸਟੂਡੈਂਟ ਹੋ, ਗ੍ਰੈਜੂਏਟ ਹੋ ਜਾਂ ਕੀ, ਜਦੋਂ ਤੁਸੀਂ ਐਜ਼ ਏ ਸਟੂਡੈਂਟ ਭਰ ਲਓ, ਰਿਫਾਈਨ ਸਿਲੈਕਸ਼ਨ ਕਰ ਲਓ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੱਖਰੇ ਵੱਖਰੇ ਹਰ ਇੱਕ ਪ੍ਰੋਗਰਾਮ ਤੁਹਾਨੂੰ ਸ਼ੋਅ ਹੋਣਗੇ, ਚੈੱਕ ਲਿਸਟ ਵੀ ਤੁਹਾਨੂੰ ਸ਼ੋਅ ਹੋਏਗੀ, ਸਾਰਾ ਕੁਝ ਤੁਹਾਨੂੰ ਸ਼ੋਅ ਹੋਏਗਾ, ਕਿੱਥੇ ਤੁਸੀਂ ਅਪਲਾਈ ਕਰਨਾ, ਕਿਹੜੀ ਚੀਜ਼ ਲਈ ਤੁਸੀਂ ਅਪਲਾਈ ਕਰਨਾ। ਤੁਹਾਨੂੰ ਮੈਂ ਸਾਰੀ ਜਿਹੜੀ ਮੇਨ ਇਨਫੋਰਮੇਸ਼ਨ ਹੈਗੀ ਜਿਹੜੀ ਮੈਂ ਤੁਹਾਨੂੰ ਦਿਖਾ ਦਿੰਦਾ, ਕੀਵਰਡ ਜਿੱਦਾਂ ਤੁਸੀਂ ਲਿਖਣਾ। ਸੋ ਲੋਰੀ ਸਕੋਲਰਸ਼ਿਪ ਫੋਰ ਸਟੂਡੈਂਟ ਜਿਹੜੀਆਂ ਆ ਚੁੱਕੀਆਂ ਨੇ, ਆਹ ਦੇਖ ਸਕਦੇ ਹੋ ਤੁਸੀਂ। ਸਟੂਡੈਂਟ ਜਿਹੜੇ ਗ੍ਰੈਜੂਏਟ ਹੈਗੇ ਨੇ ਉਹ ਅਪਲਾਈ ਕਰ ਸਕਦੇ ਨੇ, ਜਿਹੜੇ ਸਟੂਡੈਂਟ ਹੈ ਗ੍ਰੈਜੂਏਟ ਨੇ, ਡਾਕਟਰ ਸਟੂਡੈਂਟ ਇਹ ਅਪਲਾਈ ਕਰ ਸਕਦੇ। ਬਾਦਮ ਬਿਊਟਨਬੈਗ ਜਰਮਨ ਦੇ ਵਿੱਚ ਜਿਹੜੇ ਉਹਨਾਂ ਨੇ 4 ਇਸ ਟਾਈਮ ਲੱਭੀ ਹੈਗੇ ਨੇ ਅਪਰੋਡ ਕਰਨ ਵਾਸਤੇ, ਤੁਸੀਂ ਇਹ ਹਰ ਇੱਕ ਉਹਨਾਂ ਦਾ ਸਿਸਟਮ ਹੁੰਦਾ ਜਿੱਥੇ ਤੁਸੀਂ ਅਪਲਾਈ ਕਰਨੀ। ਹੁਣ ਬਾਦਮ ਬਿਊਟਨਬੈਗ ਇੱਥੇ ਸਟੇਟ ਹੈ, ਉਹਦੇ ਵਿੱਚ ਤੁਸੀਂ ਅਪਲਾਈ ਕਰਨੀ ਹੈ, ਤੁਸੀਂ ਇੱਥੇ ਜਾ ਕੇ ਦੇਖ ਸਕਦੇ ਹੋ। ਓਵਰਆਲ ਨੰਬਰ ਆਫ ਸਕੋਲਰਸ਼ਿਪ ਤੁਸੀਂ ਜਿੱਦਾਂ ਦੇਖ ਸਕਦੇ ਹੋ, ਮਤਲਬ ਕਿ ਇੱਕ ਸਾਲ ਦੇ ਵਿੱਚ 1500 ਬੱਚਿਆਂ ਨੂੰ ਸਕੋਲਰਸ਼ਿਪ ਮਿਲੇਗੀ, ਅਤੇ ਡਿਊਰੇਸ਼ਨ ਜਿਹੜੀ ਸਕੋਲਰਸ਼ਿਪ ਸਪੋਰਟ ਹੋਏਗੀ ਉਹ 3 ਤੋਂ 11 ਮਹੀਨੇ ਵਾਸਤੇ ਹੋਏਗੀ, ਮਤਲਬ ਕਿ ਜਿਹੜਾ ਤੁਹਾਡਾ ਕੋਰਸ ਹੈ ਉਹ ਵੀ ਉਨਾ ਸ਼ੋਰਟ ਕੀਤਾ ਜਾਏਗਾ। ਐਪਲੀਕੇਸ਼ਨ ਸਕੋਲਰਸ਼ਿਪ ਪਰਫੋਰਮੈਂਸ ਤੁਸੀਂ ਦੇ ਸਕਦੇ ਹੋ, ਇੱਥੇ ਉਹਨਾਂ ਨੇ ਸਾਰਾ ਕੁਝ ਦਿੱਤਾ ਹੋਇਆ ਇੰਗਲਿਸ਼ ਦੇ ਵਿੱਚ, ਅਤੇ ਜਿਹੜੀ ਐਪਲੀਕੇਸ਼ਨ ਰਿਕੁਆਇਰਮੈਂਟ ਹੈਗੀ ਆ ਉਹ ਵੀ ਤੁਹਾਨੂੰ ਸਟੂਡੈਂਟ ਐਂਡ ਡਾਕਟਰ ਕੈਂਡੀਡੇਟ ਵਿਦ ਗੁੱਡ ਏ ਵੈਰੀ ਗੁੱਡ ਗ੍ਰੇਡਸ ਹੂ ਆਰ ਸਟੱਡੀ ਆਰ ਡੂਇੰਗ ਟੂ ਸਟੇਟ ਯੂਨੀਵਰਸਿਟੀ, ਜਿਨ੍ਹਾਂ ਨੇ ਇੱਥੇ ਅਪਲਾਈ ਕਰਨਾ ਤੁਸੀਂ ਦੇਖ ਸਕਦੇ ਹੋ, ਸਾਰਾ ਕੁਝ ਇਹਦੇ 'ਚ ਦਿੱਤਾ ਹੈਗਾ। ਜੇ ਇਹਨਾਂ ਨੂੰ ਜੇ ਤੁਸੀਂ ਐਜ਼ ਏ ਗੱਲਬਾਤ ਕਰਨਾ ਚਾਹੁੰਦੇ ਹੋ, ਇਹਨਾਂ ਦਾ ਪਰਸਨਲ ਕੰਟੈਕਟ ਨੰਬਰ ਵੀ ਇੱਥੇ ਦਿੱਤਾ ਹੈਗਾ, ਤੁਸੀਂ ਇੱਥੇ ਈਮੇਲ ਵੀ ਉਹਨਾਂ ਨੂੰ ਪਾ ਸਕਦੇ ਹੋ, ਫੋਨ ਵੀ ਕਰ ਸਕਦੇ ਹੋ, ਉਹਨਾਂ ਦਾ ਨਾਮ ਵੀ ਦਿੱਤਾ ਹੈਗਾ, ਐਡਰੈਸ ਪੂਰਾ ਦਿੱਤਾ ਹੈਗਾ ਉਹਨਾਂ ਦਾ ਸਕੋਲਰਸ਼ਿਪ ਵਾਲਿਆਂ ਦਾ, ਤੁਸੀਂ ਇੱਥੇ ਦੇਖ ਸਕਦੇ ਹੋ। ਅਤੇ ਜਿਨ੍ਹਾਂ ਨੇ ਵੀ ਜੇ ਤੁਸੀਂ ਹੋਰ ਵੀ ਰਿਕੁਆਇਰਮੈਂਟ ਚਾਹੁੰਦੇ ਹੋ ਜਾਂ ਕੁਛ ਵੀ ਪ੍ਰੋਗਰਾਮ ਦੇ ਅਕੋਰਡਿੰਗ ਤੁਸੀਂ ਚਾਹੁੰਦੇ ਹੋ, ਆਹ ਦੇਖੋ ਮੈਂ ਤੁਹਾਨੂੰ ਫਾਈਂਡ ਏ ਸਕੋਲਰਸ਼ਿਪ ਹੈਲਮੁਟ ਸ਼ਮਿਤ ਪ੍ਰੋਗਰਾਮ ਦੇ ਵਿੱਚ, ਜਿਹੜੇ ਬੈਚਲਰ ਤੋਂ ਬਾਅਦ ਅਪਲਾਈ ਕਰਨਾ ਚਾਹੁੰਦੇ ਨੇ ਨਾ, ਉਹਨਾਂ ਵਾਸਤੇ ਓਵਰਵਿਊ ਦਿੱਤਾ ਹੋਇਆ। ਇਹ ਚੈੱਕਲਿਸਟ ਹੈ, ਚੈੱਕਲਿਸਟ 'ਤੇ ਤੁਸੀਂ ਕਲਿੱਕ ਕਰੋਗੇ, ਤੁਹਾਨੂੰ ਉਹਨਾਂ ਨੇ ਦੱਸ ਦੇਣਾ, ਦੇਖੋ ਜਿੱਦਾਂ ਆਹ ਤੁਹਾਨੂੰ ਚੈੱਕਲਿਸਟ ਤੁਸੀਂ ਪ੍ਰਿੰਟ ਆਊਟ ਕਰ ਸਕਦੇ ਹੋ। ਚੈੱਕਲਿਸਟ ਪ੍ਰਿੰਟ ਆਊਟ ਕਰਕੇ ਜਲਦੀ ਜਲਦੀ ਜਿਹੜਾ ਜਿੱਦਾਂ ਡਾਕੂਮੈਂਟ ਤੁਹਾਡਾ ਐਪਲੀਕੇਸ਼ਨ ਫੋਰਮ ਭਰਨਾ, ਤੁਸੀਂ ਇੱਥੇ ਟਿਕ ਮਾਰ ਕਰ ਸਕਦੇ ਹੋ। ਡਾਟ ਐਪਲੀਕੇਸ਼ਨ ਫੋਰਮ ਭਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਨ੍ਹਾਂ ਨੂੰ ਨਹੀਂ ਭਰਨਾ ਆਉਂਦਾ ਉਹਦੀ ਵੀਡੀਓ ਤੁਹਾਨੂੰ ਨੈਕਸਟ ਪਾਰਟ ਦੇ ਵਿੱਚ, ਪਾਰਟ 2 ਮੈਂ ਇਹਦਾ ਆ ਰਿਹਾ, ਉਹਦੇ ਵਿੱਚ ਮੈਂ ਬਹੁਤ ਜ਼ਿਆਦਾ ਭਰੇ ਹੈਗੇ ਨੇ, ਅਤੇ ਉਹਦੀ ਵੀਡੀਓ ਅਪਲੋਡ ਕਰ ਦਿੱਤੀ ਜਾਏਗੀ, ਪਾਰਟ 2 ਜ਼ਰੂਰ ਦੇਖਿਓ।
ਲੈਟਰ ਆਫ ਮੋਟੀਵੇਸ਼ਨਲ ਮੋਟੀਵੇਸ਼ਨ ਲੈਟਰ ਤੁਹਾਨੂੰ ਲਿਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਤੁਸੀਂ ਮੋਟੀਵੇਸ਼ਨ ਲੈਟਰ ਦੇ ਵਿੱਚ ਦੱਸਣਾ ਕਿ ਤੁਹਾਨੂੰ ਤੁਸੀਂ ਕਿਉਂ ਸਕੋਲਰਸ਼ਿਪ ਲਈ ਅਪਲਾਈ ਕਰਨਾ ਚਾਹੁੰਦੇ ਹੋ, ਅਤੇ ਸੀ ਵੀ ਜਿਹੜਾ ਤਿਆਰ ਕੀਤਾ ਜਾਂਦਾ ਉਹਦੇ ਵਿੱਚ ਫੋਰਮੈਟ ਲਿਖਿਆ ਹੈਗਾ ਐਰੋ ਪਾਸ ਵਾਲਾ ਸੀ ਵੀ ਹੋਣਾ ਚਾਹੀਦਾ। ਸੀ ਵੀ 'ਤੇ ਵੀ ਵੀਡੀਓ ਛੇਤੀ ਆ ਰਹੀ ਹੈ, ਅਪਲੋਡ ਹੋਣ ਜਾ ਰਹੀ ਹੈ, ਤੁਸੀਂ ਉਹਦੀ ਵੀ ਵੀਡੀਓ ਜ਼ਰੂਰ ਦੇਖਿਓ ਚੈਨਲ ਦੇ ਉੱਤੇ। ਮੈਂ ਵੀਡੀਓ ਸੀ ਵੀ ਦੀ ਪਈ ਹੈਗੀ ਜਿਹੜੇ ਐਰੋ ਪਾਸ, ਕਿਉਂਕਿ ਤੁਸੀਂ ਕਿੰਨੇ ਮੇਰੇ ਭੈਣ ਭਰਾ ਮੈਨੂੰ ਹਮੇਸ਼ਾ ਕਹਿੰਦੇ ਨੇ ਕਿ ਅਸੀਂ ਜੋਬ ਲਈ ਅਪਲਾਈ ਕੀਤਾ ਸਾਨੂੰ ਕੋਈ ਜਵਾਬ ਨਹੀਂ ਆਇਆ। ਤੁਹਾਨੂੰ ਜਵਾਬ ਕਿੱਥੋਂ ਆਏਗਾ, ਤੁਸੀਂ ਫੋਰਮੈਟ ਹੀ ਜੇ ਆਪਣਾ ਗਲਤ ਚੂਜ਼ ਕਰਦੇ ਪਏ ਹੋ। ਤੁਸੀਂ ਜਿਹੜਾ ਐਰੋ ਪਾਸ ਫੋਰਮੈਟ ਹੈ ਉਹਦੇ ਵਿੱਚ ਆਪਣਾ ਲੇਵਨ ਸਲੋਫ ਜਿਹੜਾ ਜਿਹਨੂੰ ਕਹਿੰਦੇ ਸੀ ਵੀ ਜਿਹਨੂੰ ਕਹਿੰਦੇ ਉਹ ਬਣਾ ਕੇ ਸੈਂਡ ਕਰਨਾ ਰਿਜ਼ਿਊਮ, ਅਤੇ ਫਿਰ ਤੁਹਾਨੂੰ ਉਹ ਕਵਰ ਕਰਦੇ ਨੇ। ਯੂਨੀਵਰਸਿਟੀ ਸਰਟੀਫਿਕੇਟ ਤੁਹਾਨੂੰ ਚਾਹੀਦੇ ਆ, ਟਰਾਂਸਕ੍ਰਿਪਟ ਤੁਹਾਨੂੰ ਚਾਹੀਦੀ ਹੈ, ਫੁੱਲ ਸੈੱਟ ਇਹ ਤੁਸੀਂ ਦੇ ਸਕਦੇ ਹੋ, ਸਾਰੀ ਰਿਕੁਆਇਰਮੈਂਟ ਹੈਗੀ ਹੈ, ਠੀਕ ਹੈ ਜੀ। ਇਹ ਰਿਕੁਆਇਰਮੈਂਟ ਤੁਸੀਂ ਚੈੱਕ ਕਰ ਸਕਦੇ ਹੋ, ਜਿਨ੍ਹਾਂ ਨੂੰ ਵੈਬਸਾਈਟ ਦਾ ਨਹੀਂ ਪਤਾ ਲੱਗਦਾ ਵੈਬਸਾਈਟ ਉੱਤੇ ਤੁਸੀਂ ਦੇ ਸਕਦੇ ਹੋ। ਆਹ ਦੇਖ ਲਓ, ਇਹ ਭਾਵੇਂ ਇੱਥੋਂ ਤੁਸੀਂ ਕਾਪੀ ਪੇਸਟ ਕਰਕੇ ਆਪਣੇ ਕੰਪਿਊਟਰ 'ਤੇ ਕਰ ਲਿਓ, ਤੁਹਾਨੂੰ ਪਰਸਨਲੀ ਨਾ ਤੁਸੀਂ ਰਿਕੁਆਇਰਮੈਂਟ ਸਾਰਾ ਕੁਝ ਇੱਥੇ ਦੇਖ ਸਕਦੇ ਹੋ। ਐਪਲੀਕੇਸ਼ਨ ਫੋਰਮ, ਇਹ ਜਿਹੜਾ ਐਪਲੀਕੇਸ਼ਨ ਫੋਰਮ ਹੈ ਇਹ ਬਿਲਕੁਲ ਸਹੀ ਭਰਨਾ, ਜੇ ਇਹਦੇ ਵਿੱਚ ਇੱਕ ਵੀ ਗਲਤੀ ਹੋ ਗਈ ਤੁਹਾਡੀ ਐਪਲੀਕੇਸ਼ਨ ਰਿਜੈਕਸ਼ਨ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ। ਤਾਂ ਹੀ ਮੈਂ ਤੁਹਾਨੂੰ ਕਹਿਣਾ ਪਿਆ ਵਾਂ ਕਿ ਜਿਨ੍ਹਾਂ ਨੂੰ ਨਹੀਂ ਪਤਾ, ਜਿਨ੍ਹਾਂ ਨੇ ਪਹਿਲੀ ਵਾਰੀ ਅਪਲਾਈ ਕਰਨਾ ਉਹ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਨ। ਚੈਨਲ ਦੇ ਵਿੱਚ ਮੈਂ ਵੀਡੀਓ ਦਾ ਲਿੰਕ ਵੀ ਸ਼ੇਅਰ ਕਰ ਦਾਂਗਾ ਡਿਸਕ੍ਰਿਪਸ਼ਨ ਦੇ ਵਿੱਚ, ਅਤੇ ਇਹਦੀ ਵੀਡੀਓ ਪਈ ਹੈਗੀ ਆ, ਪੂਰੀ ਚੈਨਲ ਦੇ ਉੱਤੇ ਅਪਲੋਡ ਕੀਤੀ ਪਈ ਆ। ਇਹ ਸੰਡੇ ਨੂੰ ਵੀਡੀਓ ਆਉਣੀ, ਨਾਲ ਹੀ ਤੁਹਾਨੂੰ ਇਹ ਵੀਡੀਓ 'ਤੇ ਲਿੰਕ ਮਿਲ ਜਾਏਗਾ। ਤੁਹਾਨੂੰ ਇਹ ਫਾਰਮ ਭਰਨਾ ਹੁੰਦਾ ਪੂਰਾ, ਬਿਲਕੁਲ ਸਹੀ ਫਾਰਮ ਭਰਿਓ, ਇੱਕ ਵੀ ਗਲਤੀ ਨਾਲ ਤੁਹਾਡਾ ਸਕੋਲਰਸ਼ਿਪ ਤਾਂ ਕੈਂਸਲ ਹੋ ਸਕਦਾ। ਸਾਰਾ ਕੁਝ ਇਹਦੇ ਵਿੱਚ ਤੁਸੀਂ ਭਰ ਸਕਦੇ ਹੋ, ਅਤੇ ਫਿਰ ਲਿਸਟ ਆਫ ਕੰਟਰੀ ਕਿਹੜੀਆਂ ਕਿਹੜੀਆਂ ਕੰਟਰੀਆਂ ਐਲੀਜੀਬਲ ਹੈਗੀਆਂ ਨੇ ਮੈਂ ਤੁਹਾਨੂੰ ਦੱਸ ਦਿੰਦਾ ਵਾਂ। ਆਹ ਤੁਸੀਂ ਦੇ ਸਕਦੇ ਹੋ, ਸਾਡੀ ਇੰਡੀਆ ਕੰਟਰੀ ਐਲੀਜੀਬਲ ਹੈਗੀ ਆ, ਪਾਕਿਸਤਾਨ ਐਲੀਜੀਬਲ ਹੈਗੀ ਆ, ਆਪਣੀ ਕੰਟਰੀ ਦੇ ਵਿੱਚ ਪਾਕਿਸਤਾਨ ਦਾ ਵੀ ਇੱਥੇ ਨਾਮ ਹੈ, ਸ਼੍ਰੀਲੰਕਾ ਦਾ ਵੀ ਨਾਂ ਹੈਗਾ। ਜਿਹੜਾ ਕੋਈ ਮੇਰਾ ਭੈਣ ਭਰਾ ਦੇਖ ਰਿਹਾ ਸਾਨੂੰ ਪਾਕਿਸਤਾਨ ਤੋਂ ਜਾਂ ਸ਼੍ਰੀਲੰਕਾ ਤੋਂ, ਮੇਰਾ ਭੈਣ ਭਰਾ ਉਹ ਵੀ ਅਪਲਾਈ ਕਰ ਸਕਦਾ, ਕੋਈ ਦਿੱਕਤ ਵਾਲੀ ਗੱਲ ਨਹੀਂ। ਉਹਨਾਂ ਨੂੰ ਵੀ ਸਕੋਲਰਸ਼ਿਪ ਮਿਲੇਗੀ ਜ਼ਰੂਰ, ਜਿਹੜੇ ਜਿਹੜੇ ਕੰਟਰੀਆਂ ਦੇ ਵਿੱਚ ਤੁਸੀਂ ਅਪਲਾਈ ਕਰਨਾ ਤੁਸੀਂ ਦੇ ਸਕਦੇ ਹੋ। ਬਾਕੀ ਇਹਦੇ ਵਿੱਚ ਜਿਹੜੀ ਕਰੰਟ ਅਨਾਊਂਸਮੈਂਟ ਹੈਗੀ ਆ ਇਹਦੇ ਵਿੱਚ ਤੁਸੀਂ ਦੇ ਸਕਦੇ ਹੋ, ਸਾਰਾ ਕੁਝ ਦੱਸਿਆ ਹੋਇਆ ਉਹਨਾਂ ਨੇ, ਓਬਜੈਕਟਿਵ ਦੱਸਿਆ ਹੋਇਆ, ਪ੍ਰੋਗਰਾਮ ਦਾ ਨਾਮ ਦੱਸਿਆ ਹੋਇਆ, ਡੈਟ ਕੰਟਰੀਬਿਊਟ ਉਹਦਾ ਹੂ ਕੈਨ ਅਪਲਾਈ ਇਹਦੇ ਵਿੱਚ ਦੱਸਿਆ ਹੋਇਆ ਉਹਨਾਂ ਨੇ। ਆਟੋਮੈਟਿਕਲੀ ਜਿਹੜੇ ਵੈਲ ਐਜੂਕੇਟਡ ਹੈਗੇ ਨੇ, ਪ੍ਰੈਕਟੀਕਲ ਐਕਸਪੀਰੀਅੰਸ ਹੈਗਾ ਰਿਲੀਵੈਂਟ ਦੇ ਪ੍ਰੋਗਰਾਮ ਦੇ ਅਕੋਰਡਿੰਗ ਹੈ ਨਾ, ਅਤੇ ਇਹਦੇ ਵਿੱਚ ਸੋਸ਼ਲ ਪੋਲੀਟੀਕਲ ਸਾਇੰਸ, ਲੋ, ਇਕੋਨਮੀ, ਇਕਨੋਮਿਕਸ, ਪਬਲਿਕ ਪੋਲਸੀ, ਜਿਹੜੇ ਵਧੀਆ ਐਵਰੇਜ ਤੁਹਾਡੇ ਅਬਵ ਨੰਬਰ ਹੋਣੇ ਚਾਹੀਦੇ, ਇਹ ਵੀ ਉਹਨਾਂ ਦੱਸਿਆ ਪਿਆ ਫਸਟ ਯੂਨੀਵਰਸਿਟੀ ਦੇ ਵਿੱਚ। ਇਹ ਮਾਸਟਰ ਵਾਸਤੇ, ਜਿਹੜੇ ਮਾਸਟਰ ਵਾਸਤੇ ਜਿਨ੍ਹਾਂ ਨੇ ਅਪਲਾਈ ਕਰਨਾ ਮਾਸਟਰ ਕੋਰਸ ਲਈ ਅਪਲਾਈ ਕਰਨਾ ਸਪਤੰਬਰ ਅਤੇ ਅਕਤੂਬਰ ਵਾਸਤੇ, ਇਹ ਉਹਨਾਂ ਲਈ ਇਨਫੋਰਮੇਸ਼ਨ ਦਿੱਤੀ ਗਈ ਹੈ। ਇਹਦੇ ਵਿੱਚ ਸਾਰਾ ਕੁਝ ਉਹਨਾਂ ਦੱਸਿਆ ਗਿਆ, ਵੈਲਿਊ ਵੀ ਦੱਸੀ ਗਈ ਹੈ ਸਪੈਸ਼ਲ। ਦੇਖੋ ਸਕੋਲਰਸ਼ਿਪ ਕਰੰਟਲੀ 934 ਯੂਰੋ ਤੁਹਾਨੂੰ ਮਿਲਣਗੇ, ਹੈਲਥ ਇੰਸ਼ੋਰੈਂਸ ਤੁਹਾਡਾ ਕਵਰ ਹੋਏਗਾ, ਜਿਹੜਾ ਟਰੈਵਲ ਅਲਾਉਂਸ ਹੋਏਗਾ ਤੁਹਾਨੂੰ ਕੋਈ ਸਟੱਡੀ ਐਂਡ ਰਿਸਰਚ ਗ੍ਰਾਂਟ ਹੋਏਗੀ, ਰੈਂਟ ਜਿਹੜਾ ਹੈਗਾ ਤੁਹਾਡਾ ਫੈਮਲੀ ਸਪਲੀਮੈਂਟ, ਸਾਰਾ ਕੁਝ ਤੁਸੀਂ ਤੁਹਾਨੂੰ ਇਹਦੇ ਵਿੱਚ ਦੱਸਿਆ। ਜਰਮਨ ਲੈਂਗੁਏਜ ਕੋਰਸ ਵੀ ਤੁਸੀਂ ਕਰ ਸਕਦੇ ਹੋ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਇਹ ਤੁਹਾਡੇ ਸਾਹਮਣੇ ਸਾਰਾ ਕੁਝ ਦੱਸਿਆ ਉਹਨਾਂ ਨੇ, ਰਿਟਨ ਦੇ ਵਿੱਚ ਦਿੱਤਾ ਹੋਇਆ ਹੈ ਨਾ। ਅਤੇ ਆਲੇ ਐਪਲੀਕੇਸ਼ਨ ਮਸਟ ਵੀ ਸਬਮਿਟ ਇਨ ਇੰਗਲਿਸ਼ ਔਰ ਜਰਮਨ, ਤੁਸੀਂ ਇੰਗਲਿਸ਼ 'ਚ ਵੀ ਸਬਮਿਟ ਕਰ ਸਕਦੇ ਹੋ ਅਤੇ ਜਾਂ ਜਰਮਨ 'ਚ ਵੀ ਕਰ ਸਕਦੇ ਹੋ, ਤੁਹਾਡੀ ਆਪਣੀ ਉਹ ਹੈ। ਸਿਲੈਕਸ਼ਨ ਤੁਸੀਂ ਕਰ ਸਕਦੇ ਹੋ ਅਕਤੂਬਰ ਜਾਂ ਨਵੰਬਰ, ਜਿੱਦਾਂ ਤੁਹਾਨੂੰ ਸਾਰਿਆਂ ਦੇ ਥੱਲੇ ਜਾ ਕੇ ਜੇ ਤੁਸੀਂ ਆਓਗੇ ਸੋਸ਼ਲ ਇਹਦੇ ਵਿੱਚ ਪ੍ਰੋਗਰਾਮ ਦਿੱਤੇ, ਆਹ ਦੇਖੋ ਤੁਸੀਂ ਅਪਲਾਈ ਕਰਨਾ ਜਦੋਂ ਨਾ, ਤੁਸੀਂ ਇਹਦੇ ਵਿੱਚ ਜਾ ਕੇ ਥੱਲੇ ਜਾਓਗੇ 14 ਨੰਬਰ 'ਤੇ, ਮੋਰ ਡਿਟੇਲਸ ਇਨਫੋਰਮੇਸ਼ਨ, ਸੋਸ਼ਲ ਪ੍ਰੋਟੈਕਸ਼ਨ, ਆਹ ਦੇਖੋ ਇਹਦੇ ਵਿੱਚ ਦੱਸਿਆ ਹੋਣਾ ਉਹਨਾਂ ਨੂੰ ਤੁਹਾਨੂੰ ਕਿਹੜੇ ਚਾਹੀਦੇ ਨੇ, ਫਸਟ ਮੈਸਟਰ ਹਾਇਰ ਐਜੂਕੇਸ਼ਨ ਇੰਸਟੀਟਿਊਟ। ਇਹਦੇ ਵਿੱਚ ਤੁਸੀਂ ਜੇ ਅਪਲਾਈ ਕਰਨਾ, ਜਿੱਥੇ ਵੀ ਅਪਲਾਈ ਕਰਨਾ ਚਾਹੁੰਦੇ ਹੋ, ਮਾਕਤੇ ਬੋਰਡ ਦਾ ਅਪਲਾਈ ਕਰਨਾ ਚਾਹੁੰਦੇ ਹੋ, ਪਾਸਾਓ ਅਪਲਾਈ ਕਰਨਾ ਚਾਹੁੰਦੇ ਹੋ,
ਭੋਨ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ, ਤੁਸੀਂ ਸੋਸ਼ਲ ਪ੍ਰੋਟੈਕਸ਼ਨ ਦੇ ਵਿੱਚ ਤੁਸੀਂ ਅਪਲਾਈ ਕਰਨਾ, ਆਹ ਦੇਖ ਲਓ ਤੁਸੀਂ ਇੱਥੇ ਜਾ ਸਕਦੇ ਹੋ, ਅਸੈਪਟ ਆਲ, ਤੁਸੀਂ ਇੱਥੇ ਆਹ ਦੇਖੋ ਡੈਡ ਸਕੋਲਰਸ਼ਿਪ ਨੋ ਓਪਨ, ਇੱਥੇ ਤੁਸੀਂ ਓਪਨ ਕਰਨਾ ਐਪਲੀਕੇਸ਼ਨ ਪੋਰਟਲ, ਜਿਹੜਾ ਪੋਰਟਲ ਉਹਨਾਂ ਦਾ ਓਪਨ ਹੋਏਗਾ, ਆਹ ਦੇਖੋ ਤੁਸੀਂ ਇੱਥੇ ਤੁਸੀਂ ਸਾਰਾ ਕੁਝ ਭਰ ਕੇ ਉਹਨਾਂ ਨੂੰ ਸਬਮਿਟ ਕਰਨਾ ਜਿਹੜਾ। ਪਰ ਇਹਦੇ ਵਿੱਚ ਜਦੋਂ ਵੀ ਤੁਸੀਂ ਭਰਨਾ ਹੈ, ਪਹਿਲਾਂ ਤੁਹਾਡੇ ਕੋਲ ਡਾਟ ਦਾ ਫੋਰਮ ਜਿਹੜਾ ਉਹ ਭਰਿਆ ਹੋਣਾ ਚਾਹੀਦਾ, ਜਿਹੜਾ ਡਾਟ ਐਪਲੀਕੇਸ਼ਨ ਫੋਰਮ ਹੈ ਉਹ ਤੁਹਾਡੇ ਕੋਲ ਕੰਪਲੀਟ ਹੋਣਾ ਚਾਹੀਦਾ, ਫਿਰ ਤੁਸੀਂ ਇਹਨਾਂ ਨੂੰ ਭਰ ਕੇ ਸਾਰੀ ਅਟੈਚਮੈਂਟ ਲਗਾ ਕੇ ਉਹਨਾਂ ਨੂੰ ਸੈਂਡ ਕਰ ਸਕਦੇ ਹੋ। ਜੇ ਤੁਹਾਨੂੰ ਇਹ ਸਾਰਾ ਫੋਰਮ ਜੇ ਪਹਿਲਾਂ ਨਹੀਂ ਭਰਿਆ ਹੈਗਾ, ਫਿਰ ਉਹਦਾ ਕੋਈ ਬੈਨੀਫਿਸ਼ੀਅਲ ਨਹੀਂ ਹੈਗਾ। ਇਹਦੇ ਵਿੱਚ ਤੁਹਾਨੂੰ ਸਾਰਾ ਕੁਝ ਦੱਸਿਆ, ਜਿਹੜਾ ਤੁਹਾਡਾ ਐਂਟਰੀ ਡਾਟਾ ਹੋਣਾ ਹੈ, ਬਾਅਦ 'ਚੋਂ ਅਟੈਚਮੈਂਟ ਵੀ ਤੁਸੀਂ ਆਪਣੇ ਲਗਾਉਣੀ ਹੈ, ਆਪਣੇ ਡਿਗਰੀਸ ਜਿਹੜੀਆਂ ਤੁਹਾਡੇ ਕੋਲ ਫੋਟੋ ਕਾਪੀ ਪਈਆਂ ਨੇ, ਜਾਂ ਤੁਹਾਡੇ ਕੋਲ ਪਲੱਸ ਟੂ ਸਰਟੀਫਿਕੇਟ ਜਿਹਨਾਂ ਕੋਲ ਪਿਆ ਹੈ, ਅਤੇ ਜਾਂ ਜੋ ਵੀ ਤੁਹਾਡੇ ਡਾਕੂਮੈਂਟ ਨਾਲ ਲੱਗਣੇ ਨੇ, ਕਵਰ ਲੈਟਰ, CV, ਮੋਟੀਵੇਸ਼ਨ ਲੈਟਰ ਜਿਹਨੂੰ ਕਹਿੰਦੇ ਨੇ ਉਹ ਵੀ, ਅਤੇ ਜੋ ਵੀ ਤੁਹਾਡੇ ਡਾਕੂਮੈਂਟ ਨਾਲ ਲੱਗਣੇ ਨੇ, ਪਹਿਲਾਂ ਡਾਟ ਦੀ ਐਪਲੀਕੇਸ਼ਨ ਫੋਰਮ ਭਰ ਕੇ ਫਿਰ ਤੁਸੀਂ ਇੱਥੇ ਅਪਲਾਈ ਕਰ ਸਕਦੇ ਹੋ। ਠੀਕ ਹੈ ਜੀ, ਤੁਸੀਂ ਦੇ ਸਕਦੇ ਹੋ ਅਤੇ ਸਾਰਾ ਕੁਝ ਤੁਸੀਂ ਅਪਲਾਈ ਕਰਨਾ, ਯੂਨੀਵਰਸਿਟੀ ਦਿੱਤੀ ਹੋਈ ਹੈ ਹੋਕਸ਼ੋਲ ਬੋਨ ਦੀ, ਤੁਸੀਂ ਇੱਥੇ ਅਪਲਾਈ ਕਰ ਸਕਦੇ ਹੋ ਜੇ ਤੁਹਾਡਾ ਜਦੋਂ ਤੁਸੀਂ ਅਪਲਾਈ ਕਰਨਾ। ਬਾਕੀ ਇਹ ਸੀ ਸਾਰੀ ਇਨਫੋਰਮੇਸ਼ਨ, ਇਹ ਸਾਰੀ ਇਨਫੋਰਮੇਸ਼ਨ ਹੀ ਅੱਜ ਦੀ ਵੀਡੀਓ ਅਸੀਂ ਚਲੋ ਇੰਨੀ ਸੀ ਕਰਦੇ ਹਾਂ, ਹੁਣ ਅਸੀਂ ਜਾ ਕੇ ਆਪਣੇ ਹੈਂਡੀ 'ਤੇ ਗੱਲ ਸਾਰੀ। ਹਾਂਜੀ, ਜਿੱਦਾਂ ਕਿ ਤੁਸੀਂ ਸਾਰਾ ਕੰਪਿਊਟਰ ਸਕਰੀਨ 'ਤੇ ਦੇਖਿਆ ਕਿੱਦਾਂ ਅਪਲਾਈ ਕਰਨਾ, ਕਿੱਥੇ ਅਪਲਾਈ ਕਰਨਾ, ਹੁਣ ਤਾਂ ਤੁਹਾਨੂੰ ਰਿਕੁਆਇਰਮੈਂਟ ਵੀ ਸਾਰਾ ਕੁਝ ਦੱਸ ਦਿੱਤੀ ਹੈ, ਵੈਬਸਾਈਟ ਵੀ ਦੱਸੀ ਹੈਗੀ ਹੈ ਕਿੱਥੇ ਜਾ ਕੇ ਅਪਲਾਈ ਕਰਨਾ, ਅਤੇ ਜੇ ਤੁਸੀਂ ਹੁਣ ਵੀ ਅਪਲਾਈ ਨਾ ਕਰੋ ਤਾਂ ਫਿਰ ਤੁਸੀਂ ਕਿੱਦਾਂ ਜਰਮਨ ਆਓਗੇ ਮੈਨੂੰ ਦੱਸੋ। ਮੈਂ ਤਾਂ ਸਾਰਿਆਂ ਨੂੰ ਹੀ ਇਹ ਰਿਕੁਐਸਟ ਕਰਦਾ ਕਿ ਸਾਰੇ ਜਿਹੜੇ ਮੇਰੇ ਭੈਣ ਭਰਾ ਵੀਡੀਓ ਦੇਖ ਰਹੇ ਨੇ, ਇਹ ਸਾਰਿਆਂ ਨਾਲ ਵੀਡੀਓ ਸ਼ੇਅਰ ਕਰਿਆ ਕਰੋ। ਜਿਹੜੇ ਵੀ ਸਟੂਡੈਂਟ ਹੈਗੇ ਨੇ, ਜੇ ਜਿਨ੍ਹਾਂ ਨੇ ਨਹੀਂ ਅਪਲਾਈ ਕਰਨਾ, ਉਹ ਉਹਨਾਂ ਨਾਲ ਸ਼ੇਅਰ ਕਰੋ ਜਿਹੜੇ ਸਟੂਡੈਂਟ ਹੈਗੇ ਨੇ, ਜਿਹੜੇ ਅੱਜ ਸਟੱਡੀ ਕਰਦੇ ਪਏ ਨੇ, ਕੋਲਜ ਦੇ ਵਿੱਚ ਸਟੱਡੀ ਕਰਦੇ ਪਏ ਨੇ, ਪਲੱਸ ਟੂ ਦੇ ਵਿੱਚ ਸਟੱਡੀ ਕਰਦੇ ਨੇ ਪਏ ਨੇ। ਤੁਹਾਡੇ ਇੱਕ ਸ਼ੇਅਰ ਨਾ ਹੋ ਸਕਦਾ, ਤੁਹਾਡੇ ਆਪਣੇ ਰਿਸ਼ਤੇਦਾਰ ਜਾਂ ਆਪਣੇ ਕੋਈ ਭੈਣ ਭਰਾ ਦਾ ਜਿਹੜਾ 15-15, 20-20 ਲੱਖ, 25-25 ਲੱਖ ਰੁਪਇਆ ਏਜੰਟ ਨੂੰ ਦੇ ਕੇ ਆਉਂਦਾ, ਉਹਦਾ ਵਿਚਾਰੇ ਦਾ ਪੈਸਾ ਬਚ ਜਾਵੇ, ਉਹ ਆਪਣਾ ਫਿਊਚਰ ਬ੍ਰਾਈਟ ਕਰ ਸਕੇ, ਇੱਥੇ ਆਣ ਕੇ ਤਰੱਕੀ ਕਰ ਸਕੇ। ਹਾਂ, ਇਹਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੰਦਾ, ਏਜ ਲਿਮਿਟ ਕੋਈ ਨਹੀਂ ਹੈਗੀ। ਠੀਕ ਹੈ ਜੀ, ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ, ਏਜ ਲਿਮਿਟ ਨਹੀਂ ਹੈਗੀ। ਬਾਕੀ ਜਿਨ੍ਹਾਂ ਨੇ 2024 ਦੇ ਵਿੱਚ ਬੈਚਲਰ ਕੀਤੀ ਹੈਗੀ ਹੈ ਜਾਂ ਮਾਸਟਰ ਕੀਤੀ ਹੈਗੀ ਹੈ, ਠੀਕ ਹੈ, ਉਹ ਬੰਦੇ ਵੀ ਅਪਲਾਈ ਕਰ ਸਕਦੇ ਨੇ। ਜਿਨ੍ਹਾਂ ਨੇ 2019 ਤੱਕ ਤੁਹਾਡੀ ਆਪਣੀ ਬੈਚਲਰ ਕੰਪਲੀਟ ਹੈਗੀ, 5 ਸਾਲ ਦਾ ਟਾਈਮ ਹੈਗਾ, 5 ਸਾਲ ਦੇ ਵਿੱਚ ਜੇ ਤੁਸੀਂ ਆਪਣੀ ਮਾਸਟਰ ਜਾਂ ਬੈਚਲਰ ਕੰਪਲੀਟ ਕੀਤੀ, ਤੁਸੀਂ ਅਪਲਾਈ ਕਰ ਸਕਦੇ ਹੋ, ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗੀ, ਠੀਕ ਹੈ। ਪਰ ਜਿਹੜੇ ਪਲੱਸ ਟੂ ਵਾਲੇ ਬੱਚੇ ਨੇ, ਉਹ ਜਿਨ੍ਹਾਂ ਨੇ ਹੁਣ ਕੀਤੀ, ਉਹ ਹੁਣੇ ਅਪਲਾਈ ਕਰ ਸਕਦੇ ਨੇ। ਉਹਦੇ ਵਿੱਚ ਸਾਰਾ ਹੀ ਖਰਚਾ ਤੁਹਾਨੂੰ ਦੱਸਿਆ ਪਿਆ ਗੌਰਮੈਂਟ ਚੱਕ ਰਹੀ ਹੈ, ਪਰ ਹਜੇ ਤੱਕ ਵੀ ਤੁਸੀਂ ਸੋਚ ਰਹੇ ਹੋ ਜੇ ਅਪਲਾਈ ਕਰਨ ਤੋਂ, ਹਜੇ ਤੱਕ ਵੀ ਸਾਡੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰ ਰਹੇ, ਫਿਰ ਤਾਂ ਕੋਈ ਦਿੱਕਤ ਵਾਲੀ ਗੱਲ ਹੈਗੀ ਹੈ ਮੈਨੂੰ ਲੱਗਦਾ। ਫਿਰ ਤਾਂ ਤੁਸੀਂ ਘਰ ਹੀ ਬਹਿ ਸਕਦੇ ਹੋ, ਤੁਸੀਂ ਜਰਮਨ ਅਬਰੋਡ ਨਹੀਂ ਆ ਸਕਦੇ ਸਟੱਡੀ ਕਰਨ ਵਾਸਤੇ, ਠੀਕ ਹੈ ਜੀ। ਬਾਕੀ ਮੈਂ ਤੁਹਾਨੂੰ ਪਹਿਲਾਂ ਹੀ ਰਿਕੁਐਸਟ ਕਰ ਦਿੰਦਾ ਵਾਂ, ਜੇ ਤੁਹਾਨੂੰ ਕੋਈ ਮਦਦ ਦੀ ਲੋੜ ਹੈਗੀ ਹੈ, ਜੇ ਤੁਹਾਨੂੰ ਐਪਲੀਕੇਸ਼ਨ ਫੋਰਮ ਨਹੀਂ ਪਤਾ ਲੱਗਦਾ, ਕੋਈ ਚੀਜ਼ ਦਾ ਨਹੀਂ ਪਤਾ ਲੱਗਦਾ, ਕਮੈਂਟ ਬੋਕਸ ਦੇ ਵਿੱਚ ਸਾਨੂੰ ਕਮੈਂਟ ਜ਼ਰੂਰ ਕਰਿਆ ਕਰੋ। ਅਸੀਂ ਤੁਹਾਨੂੰ, ਤੁਸੀਂ ਸਾਡੇ ਭੈਣ ਭਰਾਓ, ਅਸੀਂ ਤੁਹਾਡੀ ਫਰੀ ਆਫ ਕੋਸਟ ਹੈਲਪ ਕਰਦੇ ਹਾਂ। ਅਸੀਂ ਕੋਈ ਏਜੰਟ ਨਹੀਂ ਹੈਗੇ, ਸਾਨੂੰ ਕੋਈ ਪੈਸਾ ਨਹੀਂ ਚਾਹੀਦਾ, ਅਸੀਂ ਬਸ ਇਹ ਚਾਹੁੰਦੇ ਹਾਂ ਕਿ ਚਲੋ ਤੁਹਾਡਾ, ਸਾਡੇ ਇੱਕ ਹੈਲਪ ਕਰਨ ਦੇ ਨਾਲ ਹੋ ਸਕਦਾ ਕਿਸੇ ਦੀ ਜ਼ਿੰਦਗੀ ਬਣ ਜਾਵੇ ਕੋਈ ਵਧੀਆ, ਮੇਰਾ ਭੈਣ ਭਰਾ ਆਪਣੀ ਸਟੱਡੀ ਅਬਰੋਡ ਕਰਨ ਆ ਜਾਵੇ, ਉਹਦੀ ਜ਼ਿੰਦਗੀ ਵਧੀਆ ਸਫਲ ਹੋ ਜਾਵੇ, ਹੈ ਨਾ। ਜਿਹਦੇ ਵਿੱਚ ਟੈਲੈਂਟ ਹੈਗਾ, ਜਿਹਨੇ ਇਹ ਸਕੋਲਰਸ਼ਿਪ ਉਹਨੇ ਮਿਲਣੀ ਜਿਹਦੇ 'ਚ ਵਧੀਆ ਟੈਲੈਂਟ ਹੈਗਾ, ਜਿਹਨੇ ਵਧੀਆ ਜਿਹੜਾ ਵਧੀਆ ਸਟੂਡੈਂਟ ਹੈਗਾ। ਬਾਕੀ ਵੀਡੀਓ ਨੂੰ ਲਾਈਕ ਕਰਿਆ ਕਰੋ, ਵੀਡੀਓ ਨੂੰ ਸ਼ੇਅਰ ਕਰਿਆ ਕਰੋ ਸਾਰਿਆਂ ਦੇ ਨਾਲ ਹੀ, ਜਿਹੜੇ ਸਟੂਡੈਂਟ ਹੈਗੇ ਨੇ ਉਹਨਾਂ ਨੂੰ ਸ਼ੇਅਰ ਕਰੋ ਕਰੋ। ਅਸੀਂ ਤੁਹਾਡੇ ਲਈ ਇੱਦਾਂ ਹੀ ਨਵਾਂ ਤੋਂ ਨਵਾਂ ਕੰਟੈਂਟ ਲੈ ਕੇ ਆਉਂਦੇ ਰਹਾਂਗੇ, ਪਾਰਟ 2 ਛੇਤੀ ਆ ਰਿਹਾ ਇਹਦਾ। ਉਹਦੇ ਵਿੱਚ ਸਾਰਾ ਕੁਝ, ਜਿਹੜੀ ਹੋਪਸਫੁਲ ਜਿਹੜੀ ਯੂਨੀਵਰਸਿਟੀ ਦੀ ਐਪਲੀਕੇਸ਼ਨ ਫਾਰਮ ਭਰੀ ਜਾਂਦੀ ਹੈ, ਉਹਦੇ ਲਈ ਜ਼ਰੂਰ ਤੁਹਾਨੂੰ ਦੱਸਿਆ ਜਾਏਗਾ ਕਿੱਦਾਂ ਭਰੀ ਜਾਣੀ ਯੂਨੀਵਰਸਿਟੀ ਦੀ ਐਪਲੀਕੇਸ਼ਨ। ਤੁਸੀਂ ਡਾਇਰੈਕਟ ਯੂਨੀਵਰਸਿਟੀ ਜੇ ਅਪਲਾਈ ਕਰਨਾ ਹੋਵੇ ਤਾਂ ਅਸੀਂ ਮਿਲਦੇ ਹਾਂ ਤੁਹਾਨੂੰ ਨੈਕਸਟ ਪਾਰਟ ਦੇ ਵਿੱਚ। ਇਹ ਵੀਡੀਓ ਸੰਡੇ ਨੂੰ ਅਪਲੋਡ ਹੋਣ ਜਾਣੀ ਹੈ, ਸੰਡੇ ਨੂੰ 6 ਵਜੇ ਜਰਮਨ ਦੇ, ਜ਼ਰੂਰ ਸਾਡੀ ਵੀਡੀਓ ਦੇਖਿਓ, ਠੀਕ ਹੈ ਜੀ।
ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮਿਲਦੇ ਆ ਤੁਹਾਨੂੰ ਸੰਡੇ ਨੂੰ ਯੂਟਿਊਬ ਦੇ ਉੱਤੇ।